ਤਰਨ ਤਾਰਨ ਵਿਖੇ ਇੱਕ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਖੁਲਾਸਾ ਹੋ ਗਿਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਜੀ ਹਾਂ, ਤਰਨ ਤਾਰਨ ਪੁਲਿਸ ਨੂੰ ਪਿਛਲੇ ਦਿਨੇ ਇੱਕ ਸੜੀ ਹੋਈ ਲਾਸ਼ ਮਿਲੀ ਸੀ, ਜਿਸਦੀ ਪਛਾਣ ਅਨੂਪ ਸਿੰਘ ਵਾਸੀ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਨਵਾਂ ਖੁਲਾਸਾ ਕਰ ਦਿੱਤਾ ਹੈ। ਪੁਲਿਸ ਦੇ ਮੁਤਾਬਕ ਅਨੂਪ ਸਿੰਘ ਨੇ 7 ਕਰੋੜ ਰੁਪਏ ਦਾ ਕਲੇਮ ਲੈਣ ਲਈ ਖੁਦ ਨੂੰ ਮਰਿਆ ਹੋਇਆ ਸਾਬਿਤ ਕਰਨ ਦੇ ਲਈ ਇੱਕ ਪ੍ਰਵਾਸੀ ਨੂੰ ਸਾੜ ਦਿੱਤਾ ਅਤੇ ਖੁਦ ਦਿੱਲੀ ਜਾ ਕੇ ਛੁੱਪ ਗਿਆ। ਦੁਨੀਆ ਦੇ ਸਾਹਮਣੇ ਜ਼ਿੰਦਾ ਅਨੂਪ ਸਿੰਘ ਮਰਿਆ ਹੋਇਆ ਸਾਬਿਤ ਹੋ ਗਿਆ। IG ਸੁਰਿੰਦਰਪਾਲ ਸਿੰਘ ਪਰਮਾਰ ਦੇ ਮੁਤਾਬਕ ਬਹੁਤ ਜਲਦ ਅਨੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਮ੍ਰਿਤਕ ਨੌਜਵਾਨ 10 ਸਾਲ ਤੋਂ ਅਨੂਪ ਸਿੰਘ ਦੇ ਕੋਲ ਹੀ ਕੰਮ ਕਰ ਰਿਹਾ ਸੀ। ਉਸੇ ਦਾ ਕਤਲ ਅਨੂਪ ਸਿੰਘ ਨੇ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਸਾੜ ਦਿੱਤਾ ਤੇ ਖੁਦ ਦਿੱਲੀ ਜਾ ਕੇ ਬੈਠ ਗਿਆ। ਉਹਨਾਂ ਮੁਤਾਬਕ ਅਨੂਪ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਦੇ 'ਚ ਉਹ ਡਿਟੇਲ ਤਾਂ ਮੇਰੇ ਕੋਲ ਮੋਬਾਈਲ 'ਚ ਹੋਣੀ ਆ, ਬਟ ਉਹਦੇ ਵਿੱਚ ਕੀ ਹੋਇਆ ਕਿ ਉਹ ਬੰਦੇ ਨੇ ਇੰਸ਼ੋਰੈਂਸ ਕਰਵਾਈ ਹੋਈ ਸੀ, ਕਿਸੇ ਹੋਰ ਬੰਦੇ ਨੂੰ ਮਾਰ ਕੇ ਆਪਣੀ ਬਾਡੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਬ੍ਰਦਰ ਫੜ ਲਿਆ, ਵੀ ਹੈਵ ਅਨਰਾਵਲ ਦੈਟ ਵੀ ਵਿਲ ਕੈਚ ਹਿਮ ਸੂਨ ਆਲਸੋ, ਪਾਰਟੀ ਹੈਜ਼ ਗੋਨ ਟੂ ਅਰੈਸਟ ਹਿਮ ਵੈਰੀ ਸੂਨ। ਪਰਿਵਾਰ ਵਾਲਿਆਂ ਨੇ ਸਾਥ ਦਿੱਤਾ, ਉਹਦਾ ਬ੍ਰਦਰ ਅਰੈਸਟ ਕਰ ਹੀ ਲਿਆ ਗਾ। ਜਿਹੜੇ ਬੰਦੇ ਦਾ ਕੋਈ ਲੈਣਾ ਦੇਣਾ ਹੀ ਹੈ ਨੀ, ਉਹਨੂੰ ਫੜ ਕੇ ਮਾਰ ਕੇ ਆਪਣੀ ਬਾਡੀ ਸ਼ੋਅ ਕਰਕੇ ਤੇ ਇੰਸ਼ੋਰੈਂਸ ਦਾ ਕਲੇਮ ਕਰਨ ਲਈ ਉਹਨੇ ਕੋਸ਼ਿਸ਼ ਕੀਤੀ ਸੀ। ਬਟ ਇਟ ਇਜ਼ ਵੈਰੀ ਫੋਰਚੂਨੇਟ ਦੈਟ SSP ਤਾਂ ਵਰਕ ਵੈਰੀ ਹਾਰਡ ਐਂਡ ਦ ਕੇਸ ਵਾਸ ਸੋਲਵ ਵਿਦਨ 24 ਆਵਰਸ। ਹਾਂਜੀ, ਉਹ ਜ਼ਿਆਦਾ ਟਾਈਮ ਨਹੀਂ ਲੱਗਾ, ਉਹਨੂੰ ਫਿਰ ਅਰੈਸਟ ਫੜਿਆ ਜਾਏਗਾ। ਵੀ ਨੋ ਦੇਅਰ ਇਜ਼ ਵਿਲ ਕੈਚ ਹਿਮ ਸੂਨ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।